ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ, ਉੱਥੇ ਐਮ ਜੀ ਹੈਕਟਰ ਗੱਡੀ ਖੜੀ ਸੀ, ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ, ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਇੱਥੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ। ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੌਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ। ਅੱਜ ਸਾਡੇ ਇੰਸਪੈਕਟਰ ਸੀ ਆਈ ਏ ਇਹਨਾਂ ਕੋਲ ਸੀਕਰੇਟ ਇਨਫੋਰਮੇਸ਼ਨ ਸੀ, ਜਿਹਦੇ ਤਹਿਤ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ। ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਦੱਸ ਦਿੱਤੀ। ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ? ਨਹੀਂ, ਡੈਥ ਨਹੀਂ ਹੋਈ ਕਿਸੇ ਦੀ। ਇੱਕ ਇੰਜਰਡ ਹੈਗਾ, ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਜੋ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ। 5-6 ਕੁੱਲ ਕਿਤੇ ਬੰਦੇ ਸੀ? ਇੱਕ ਬੰਦਾ ਸੀ, ਇਕੱਲੇ ਸੀਗਾ ਜੀ। ਕੋਈ ਹੋਰ ਵੀ ਉਹਦੇ ਸਾਥੀ ਹੈਗੇ? ਨਹੀਂ, ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ, ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰਦੇ ਹਾਂ। ਜਿੱਦਾਂ ਕਿ ਕੋਈ ਨਾਲ ਕੋਈ ਇਹਨਾਂ ਦਾ ਸੀਗਾ ਉਸ ਨਾਲ, ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦਾ? ਹਲੇ ਸਾਡਾ ਆਪਰੇਸ਼ਨ ਚੱਲ ਰਿਹਾ, ਫਿਰ ਤੁਹਾਡੇ ਨਾਲ ਅਪਡੇਟ ਕਰਦੇ ਹਾਂ। ਸੁਰਿੰਦਰ ਜੀ, ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸੇ ਸਮੇਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਚ ਸਰ। ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ, ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ। ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ, ਉੱਥੇ ਐਮ ਜੀ ਹੈਕਟਰ ਗੱਡੀ ਖੜੀ ਸੀ, ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ। ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਇੱਥੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ। ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੌਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ। ਅੱਜ ਸਾਡੇ ਇੰਸਪੈਕਟਰ CIA ਇਹਨਾਂ ਕੋਲ ਸੀਕਰੇਟ ਇਨਫੋਰਮੇਸ਼ਨ ਸੀ, ਜਿਹਦੇ ਤਹਿਤ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ। ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਦੱਸ ਦਿੱਤੀਆਂ। ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ? ਨਹੀਂ, ਡੈਥ ਨਹੀਂ ਹੋਈ ਕਿਸੇ ਦੀ। ਇੱਕ ਇੰਜਰਡ ਹੈਗਾ, ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਜੋ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ। 5-6 ਕੁੱਲ ਕਿਤੇ ਬੰਦੇ ਸੀ? ਇੱਕ ਬੰਦਾ ਸੀਗਾ, ਇਕੱਲੇ ਸੀਗਾ ਜੀ। ਹਾਂਜੀ, ਕੋਈ ਹੋਰ ਵੀ ਉਹਦੇ ਸਾਥੀ ਹੈਗੇ? ਨਹੀਂ, ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ, ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰਦੇ ਹਾਂ। ਜਿੱਦਾਂ ਕਿ ਸਰ ਨਾਲ ਕੋਈ ਇਹਨਾਂ ਦਾ ਸੀਗਾ ਉਸ ਨਾਲ, ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦਾ? ਹਲੇ ਸਾਡਾ ਆਪਰੇਸ਼ਨ ਚੱਲ ਰਿਹਾ, ਫਿਰ ਤੁਹਾਡੇ ਨਾਲ ਅਪਡੇਟ ਕਰਦੇ ਹਾਂ। ਸੁਰਿੰਦਰ ਜੀ, ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸੇ ਸਮੇਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਅਪਡੇਟ ਕਰਦੇ ਹਾਂ ਬਾਅਦ ਚ ਸਰ। ਹਲੇ ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ, ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ। ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ, ਉੱਥੇ ਐਮ ਜੀ ਹੈਕਟਰ ਗੱਡੀ ਖੜੀ ਸੀ, ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ। ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਇੱਥੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ। ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੌਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ। ਅੱਜ ਸਾਡੇ ਇੰਸਪੈਕਟਰ CIA ਇਹਨਾਂ ਕੋਲ ਸੀਕਰੇਟ ਇਨਫੋਰਮੇਸ਼ਨ ਸੀ, ਜਿਹਦੇ ਤਹਿਤ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ। ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਦੱਸ ਦਿੱਤੀਆਂ। ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ? ਨਹੀਂ, ਡੈਥ ਨਹੀਂ ਹੋਈ ਕਿਸੇ ਦੀ। ਇੱਕ ਇੰਜਰਡ ਹੈਗਾ, ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਜੋ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ। 5-6 ਕੁੱਲ ਕਿਤੇ ਬੰਦੇ ਸੀ? ਇੱਕ ਬੰਦਾ ਸੀਗਾ, ਇਕੱਲੇ ਸੀਗਾ ਜੀ। ਹਾਂਜੀ, ਕੋਈ ਹੋਰ ਵੀ ਉਹਦੇ ਸਾਥੀ ਹੈਗੇ? ਨਹੀਂ, ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ, ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰਦੇ ਹਾਂ। ਜਿੱਦਾਂ ਕਿ ਸਰ ਨਾਲ ਕੋਈ ਇਹਨਾਂ ਦਾ ਸੀਗਾ ਉਸ ਨਾਲ, ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦਾ? ਹਲੇ ਸਾਡਾ ਆਪਰੇਸ਼ਨ ਚੱਲ ਰਿਹਾ, ਫਿਰ ਤੁਹਾਡੇ ਨਾਲ ਅਪਡੇਟ ਕਰਦੇ ਹਾਂ। ਸੁਰਿੰਦਰ ਜੀ, ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸੇ ਸਮੇਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਅਪਡੇਟ ਕਰਦੇ ਹਾਂ ਬਾਅਦ ਚ ਸਰ। ਹਲੇ ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ, ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ। ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ,
ਉੱਥੇ ਐਮ ਜੀ ਹੈਕਟਰ ਗੱਡੀ ਖੜੀ ਸੀ, ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ, ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਇੱਥੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ। ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੌਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ। ਅੱਜ ਸਾਡੇ ਇੰਸਪੈਕਟਰ ਸੀ ਆਈ ਏ ਇਹਨਾਂ ਕੋਲ ਸੀਕਰੇਟ ਇਨਫੋਰਮੇਸ਼ਨ ਸੀ, ਜਿਹਦੇ ਤਹਿਤ ਜਿਹੜੀ ਸਾਰੀ ਸਾਡੇ ਏ ਸੀ ਪੀ ਡਿਟੈਕਟਿਵ ਅਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ। ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਪੀ ਸਾਹਿਬ ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ? ਨਹੀਂ, ਡੈਥ ਨਹੀਂ ਹੋਈ ਕਿਸੇ ਦੀ, ਇੱਕ ਇੰਜਰਡ ਹੈਗਾ। ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ। 5-6 ਇੱਕ ਬੰਦਾ ਨਹੀਂ, ਉਹ ਹਾਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ, ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ? ਹਲੇ ਸਾਡਾ ਆਪਰੇਸ਼ਨ ਚੱਲ ਰਿਹਾ, ਫਿਰ ਤੁਹਾਡੇ ਨਾਲ ਅਪਡੇਟ ਕਰ। ਸੁਰਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸੇ ਸਮੇਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਹਲੇ ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ, ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ। ਬਿਲਕੁਲ।